ਕੇਟੀਵੀ ਦੇ ਟੌਪ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਆਓ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਕੁਝ ਵੱਡੀਆਂ ਖਬਰਾਂ ਤੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗੌੜਾ ਆਰਥਿਕ ਅਪਰਾਧ ਆਰਡੀਨੈਂਸ 2018 ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਆਰਡੀਨੈਂਸ ਦੇ ਪਾਸ ਹੋਣ ਤੋਂ ਬਾਅਦ ਹੁਣ ਅਧਿਕਾਰੀਆਂ ਨੂੰ ਬੈਂਕਾਂ ਨਾਲ ਧੋਖਾਧੜੀ ਅਤੇ ਜਾਣ ਬੁੱਝ ਕੇ ਕਰਜ਼ੇ ਦੀ ਅਦਾਇਗੀ ਨਾ ਕਰਨ ਵਰਗੇ ਆਰਥਿਕ ਅਪਰਾਧ ਕਰਕੇ ਦੇਸ਼ 'ਚੋਂ ਭੱਜਣ ਵਾਲੇ ਲੋਕਾਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕਰਨ ਦਾ ਅਧਿਕਾਰ ਮਿਲ ਗਿਆ ਹੈ। ਇਸ ਅਧਿਕਾਰਤ ਬਿਆਨ 'ਚ ਕਿਹਾ ਗਿਆ ਕਿ ਆਰਡੀਨੈਂਸ ਉਹਨਾਂ ਆਰਥਿਕ ਅਪਰਾਧੀਆਂ ਲਈ ਲਿਆਂਦਾ ਗਿਆ ਹੈ ਜਿਹੜੇ ਦੇਸ਼ ਦੀਆਂ ਅਦਾਲਤਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਭੱਜ ਕੇ ਕਾਨੂੰਨ ਪ੍ਰਣਾਲੀ ਤੋਂ ਭੱਜ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਸੂਬੇ 'ਚ ਆਪਣੀ ਦੂਸਰੀ ਪਾਰੀ ਦੌਰਾਨ ਨਾ ਸਿਰਫ ਸੂਬੇ ਦੀ ਜਨਤਾ ਨੂੰ ਨਿਰਾਸ਼ ਕਰ ਰਹੇ ਨੇ ਬਲਕਿ ਆਪਣੇ ਲਗਾਤਾਰ ਬਦਲਦੇ ਹੋਏ ਸੁਰਾਂ 'ਤੇ ਪੱਟਦੇ ਹੋਏ ਬੋਲਾਂ ਨਾਲ ਪਾਰਟੀ ਵਰਕਰਾਂ ਅਤੇ ਨੇਤਾਵਾਂ 'ਚ ਵੀ ਨਿਰਾਸ਼ਾ ਪੈਦਾ ਕਰ ਰਹੇ ਨੇ। ਸਭ ਤੋਂ ਪਹਿਲਾਂ ਕੈਪਟਨ ਨੇ ਆਪਣੇ ਵਾਅਦੇ ਤੋਂ ਮੁਕਰਦੇ ਹੋਏ ਕਿਹਾ ਸੀ ਕਿ ਉਹ ਫਿਰ ਚੋਣਾਂ ਲੜ ਸਕਦੇ ਨੇ, ਜਦਕਿ 2017 ਚੋਣਾਂ ਦੌਰਾਨ ਕੈਪਟਨ ਨੇ ਸਾਫ਼ ਕੀਤਾ ਸੀ ਕਿ ਇਹ ਉਹਨਾਂ ਦੀ ਆਖਰੀ ਪਾਰੀ ਹੈ। ਇੱਥੇ ਬਸ ਨਹੀਂ, ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦੇ ਤੋਂ ਪੱਟਦੇ ਹੋਏ ਕੈਪਟਨ ਅਮਰਿੰਦਰ ਸਿੰਘ ਪਾਰਟੀ ਨੇਤਾਵਾਂ ਨੂੰ ਇਹ ਕਹਿਣ ਲੱਗੇ ਕਿ ਬਚੇ ਹੋਏ ਵਿਧਾਇਕਾਂ ਨੂੰ ਚੇਅਰਮੈਨ 'ਚ ਐਡਜਸਟ ਕੀਤਾ ਜਾਵੇਗਾ, ਜਦਕਿ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਸਾਫ਼ ਕਿਹਾ ਸੀ ਕਿ ਜਿਨ੍ਹਾਂ ਨੇਤਾਵਾਂ ਨੂੰ ਟਿਕਟ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਬਾਅਦ 'ਚ ਚੇਅਰਮੈਨੀਆਂ ਦਿੱਤੀਆਂ ਜਾਣਗੀਆਂ ਅਤੇ ਟਿਕਟ ਹਾਸਲ ਕਰਨ ਵਾਲੇ ਕਿਸੇ ਵੀ ਨੇਤਾ ਅਤੇ ਉਸ ਦੇ ਪਰਿਵਾਰ ਮੈਂਬਰ ਨੂੰ ਚੇਅਰਮੈਨੀ ਨਹੀਂ ਦਿੱਤੀ ਜਾਵੇਗੀ। ਜਿਨ੍ਹਾਂ ਜਿਨ੍ਹਾਂ ਦਾਅਵੇਦਾਰਾਂ ਨੂੰ ਟਿਕਟ ਨਹੀਂ ਮਿਲੇਗੀ ਉਹਨਾਂ ਨੂੰ ਹੀ ਬਾਅਦ 'ਚ ਚੇਅਰਮੈਨੀ ਦੇਣ ਦਾ ਵਾਅਦਾ ਅਤੇ ਐਲਾਨ ਕੀਤਾ ਗਿਆ ਸੀ। ਸ਼ਨੀਵਾਰ ਨੂੰ ਸਹੁੰ ਚੁੱਕਣ ਵਾਲੇ ਨਵੇਂ ਬਣੇ ਮੰਤਰੀ ਸੋਮਵਾਰ ਤੋਂ ਆਪਣਾ ਸਰਕਾਰੀ ਕੰਮਕਾਜ ਸੰਭਾਲਣਗੇ। ਸਰਕਾਰੀ ਹਲਕਿਆਂ ਤੋਂ ਪਤਾ ਲੱਗਿਆ ਕਿ ਨਵੇਂ ਮੰਤਰੀਆਂ ਵੱਲੋਂ ਸੋਮਵਾਰ ਤੋਂ ਚੰਡੀਗੜ੍ਹ ਦੇ ਸਿਵਲ ਸਕੱਤਰ ਅਤੇ ਹੋਰ ਸਥਾਨਾਂ 'ਤੇ ਅਲਾਟ ਕੀਤੇ ਗਏ ਕਮਰਿਆਂ 'ਚ ਰਸਮੀ ਤੌਰ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਨਵੇਂ ਮੰਤਰੀਆਂ 'ਚ ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਸੋਢੀ, ਵਿਜੇਇੰਦਰ ਸਿੰਗਲਾ, ਸੁੱਖ ਸਰਕਾਰੀਆ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਾਮ ਅਰੋੜਾ ਆਦਿ ਸ਼ਾਮਲ ਨੇ। ਕਿਹਾ ਜਾ ਰਿਹਾ ਕਿ ਕੁਝ ਮੰਤਰੀ ਦਾ ਸੋਮਵਾਰ ਆਪਣਾ ਸਰਕਾਰੀ ਅਹੁਦਾ ਸੰਭਾਲ ਲੈਣਗੇ, ਜਦਕਿ ਬਾਕੀਆਂ ਵੱਲੋਂ ਮੰਗਲਵਾਰ ਤੱਕ ਆਪਣਾ ਅਹੁਦਾ ਰਸਮੀ ਤੌਰ 'ਤੇ ਸੰਭਾਲਿਆ ਜਾਵੇਗਾ। ਹਜ਼ਾਰਾਂ ਕਰੋੜ ਰੁਪਏ ਦੇ PNB ਘਪਲੇ ਦੇ ਯੋਜਨਾਕਾਰ ਨੀਰਵ ਮੋਦੀ ਖਿਲਾਫ਼ ਪੰਜਾਬ ਨੈਸ਼ਨਲ ਬੈਂਕ ਹੁਣ ਹਾਂਗਕਾਂਗ ਹਾਈਕੋਰਟ ਪਹੁੰਚ ਗਿਆ। ਇਸ ਤੋਂ ਇਲਾਵਾ ਬੈਂਕ ਹੁਣ ਉਹਨਾਂ ਸਾਰੇ ਦੇਸ਼ਾਂ 'ਚ ਅਦਾਲਤੀ ਕਾਰਵਾਈ ਸ਼ੁਰੂ ਕਰੇਗਾ ਜਿੱਥੇ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੀ ਜਾਇਦਾਦ 'ਤੇ ਕਾਰੋਬਾਰ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸੰਸਦ ਦੇ ਸੈਸ਼ਨ 'ਚ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਨੇ ਆਪਣੇ ਇੱਕ ਲਿਖਤੀ ਜਵਾਬ 'ਚ ਸੰਸਦ ਨੂੰ ਦੱਸਿਆ ਸੀ ਕਿ ਨੀਰਵ ਮੋਦੀ ਹਾਂਗਕਾਂਗ 'ਚ ਹੈ ਅਤੇ ਭਾਰਤ ਸਰਕਾਰ ਨੇ ਹਾਂਗਕਾਂਗ ਅਥਾਰਟੀ ਕੋਲੋਂ ਅਹੁਦੇ ਸਮਰਪਣ ਦੀ ਮੰਗ ਕੀਤੀ ਹੈ। ਭਾਰਤੀ ਮੂਲ ਤੇ ਚੜ੍ਹਦੇ ਪੰਜਾਬ ਦੇ ਜੰਮਪਲ ਕਿਰਨਵਾਲਾ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਮਨਾਉਣ ਲਈ 12 ਅਪ੍ਰੈਲ ਨੂੰ ਪਾਕਿਸਤਾਨ ਭੇਜੇ ਜਥੇ 'ਚ ਬਤੌਰ ਸ਼ਰਧਾਲੂ ਉੱਥੇ ਗਈ ਸੀ ਅਤੇ ਲਹਿੰਦੇ ਪੰਜਾਬ ਦੇ ਪਿੰਡ ਹਿੰਗਰਵਾਲ ਦੇ ਵਾਸੀ ਮੁਹੰਮਦ ਆਜ਼ਮ ਨਾਲ ਨਿਕਾਹ ਕਰਵਾ ਇਸਲਾਮ ਦੀਆਂ ਰੋਹਰੀਤਾਂ ਅਨੁਸਾਰ ਕਿਰਨਵਾਲਾ ਤੋਂ ਆਮਨਾ ਬੀਬੀ ਬਣ ਗਈ। ਸਿਰਫ 3 ਦਿਨਾਂ ਦਾ ਇਹ ਨਾਟਕੀ ਮਨਸੂਬਾ 2 ਦੇਸ਼ਾਂ ਲਈ ਜਿੱਥੇ ਗੰਭੀਰ ਸਮੱਸਿਆ ਬਣ ਗਿਆ ਉੱਥੇ ਅਨੇਕਾਂ ਗੁੰਝਲਦਾਰ ਸਵਾਲ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਬੁੱਝਣ ਲਈ ਛੱਡ ਦਿੱਤਾ ਗਿਆ ਕਿ 2 ਦਿਨ 'ਚ ਹੀ ਕਿਰਨਵਾਲਾ ਨੇ ਆਪਣਾ ਧਰਮ ਪਰਿਵਰਤਨ ਕਰਕੇ ਮੁਹੰਮਦ ਆਜ਼ਮ ਨਾਲ ਨਿਕਾਹ ਕਰਵਾ ਲਿਆ ਜਾਂ ਉਹ ਇਸ ਦੀ ਜ਼ਮੀਨ ਲੰਬੇ ਅਰਸੇ ਤੋਂ ਇੰਡੀਆ 'ਚ ਬੈਠ ਕੇ ਤਲਾਸ਼ ਕਰ ਰਹੀ ਸੀ ਕਿ ਔਰਤ ਜ਼ਿੰਦਗੀ 'ਚ ਇੰਨਾ ਵੱਡਾ ਫੈਸਲਾ ਇੰਨੇ ਸੰਖੇਪ ਅਰਸੇ 'ਚ ਲੈ ਸਕਦੀ ਹੈ ਕਿ ਮਜ਼ਹਬ ਬੇਗਾਨੇ ਮੁਲਕ ਦੇ ਵਿਅਕਤੀ ਨੂੰ ਬਿਨਾਂ ਸੋਚੇ ਸਮਝੇ ਆਪਣਾ ਜੀਵਨ ਸਾਥੀ ਬਣਾਇਆ ਜਾ ਸਕਦਾ ਹੈ। ਅਜਿਹੀਆਂ ਕਿਹੜੀਆਂ ਮਜਬੂਰੀਆਂ ਸੀ ਜੋ ਕਿ ਨਿਪਾਲਾ ਨੂੰ ਆਪਣੇ ਮਜ਼ਹਬ ਦੇ ਨਾਲ ਨਾਲ ਆਪਣੇ ਦੇਸ਼ ਅਤੇ ਆਪਣੇ ਬੱਚਿਆਂ ਦਾ ਮੋਹ ਤਿਆਗਣ ਲਈ ਮਜਬੂਰ ਗਈ। ਉੱਥੇ ਮੁਹੰਮਦ ਆਜ਼ਮ ਨੂੰ ਕਿਰਨਵਾਲਾ 'ਚ ਅਜਿਹਾ ਕੀ ਦੱਸ ਗਿਆ ਜੋ ਅੰਤਰ ਮਜ਼ਹਬ ਦੇ ਕੁਦੇਸ਼ਨ ਔਰਤ ਨਾਲ ਨਿਕਾਹ ਕਰਵਾਉਣ ਲਈ ਮਜਬੂਰ ਹੋ ਗਿਆ? ਇਸਲਾਮ ਦੀਆਂ ਸ਼ਰ੍ਹਾਂ ਦੇ ਉਲਟ ਉਹ ਮੋਮਨ ਹੋਣ ਲਈ ਹੈਸੇ 'ਚ ਅਜਿਹਾ ਫੈਸਲਾ ਲੈਣ ਲਈ ਕਿਉਂ ਮਜਬੂਰ ਹੋ ਗਿਆ? ਅਟਾਰੀ ਵਾਹਗਾ ਸਰਹੱਦ 'ਤੇ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਵੱਲੋਂ ਭਾਰਤੀ ਦਰਸ਼ਕਾਂ ਵੱਲ ਭੜਕਾਊ ਤਰੀਕੇ ਨਾਲ ਇਸ਼ਾਰਾ ਕਰਨ 'ਤੇ ਵਿਵਾਦ ਹੋ ਗਿਆ। ਪਤਾ ਲੱਗਿਆ ਕਿ ਬਾਰਡਰ ਸੁਰੱਖਿਆ ਫੋਰਸ ਕ੍ਰਿਕਟਰ ਹਸਨ ਅਲੀ 'ਤੇ ਪਾਕਿਸਤਾਨ ਰੇਂਜਰਾਂ ਦਾ ਮੁੱਦਾ ਉਠਾ ਸਕਦੀ ਹੈ। ਜ਼ਿਕਰਯੋਗ ਹੈ ਕਿ ਅਟਾਰੀ ਵਾਹਗਾ ਸਰਹੱਦ 'ਤੇ ਕੀਤੀ ਜਾ ਰਹੀ ਝੰਡਾ ਲਹਿਰਾਉਣ ਦੀ ਰਸਮ ਵੇਲੇ ਪਾਕਿਸਤਾਨ ਦੇ ਪਾਸਿਓਂ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਅਤੇ BSF ਦੇ ਦਰਸ਼ਕਾਂ ਨੂੰ ਆਪਣਾ ਵਿਕਟ ਅਖਾੜੂ ਅੰਦਾਜ਼ ਦਿਖਾਇਆ ਜਿਸ 'ਤੇ BSF ਨੇ ਕਰੜਾ ਨੋਟਿਸ ਲਿਆ।
ਮੈਕਸੀਕੋ 'ਚ ਹੱਤਿਆਵਾਂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ। ਸਾਲ 2018 ਦੀ ਪਹਿਲੀ ਤਿਮਾਹੀ 'ਚ ਹਿੰਸਕ ਅਪਰਾਧਾਂ 'ਚ 7667 ਲੋਕਾਂ ਦੀ ਹੱਤਿਆ ਹੋਈਆਂ ਨੇ, ਜੋ ਕਿ ਪਿਛਲੇ ਸਾਲ ਦੀ ਤੁਲਨਾ 'ਚ 20% ਜ਼ਿਆਦਾ ਨੇ। ਸਰਕਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਮੈਕਸੀਕੋ ਸੁਰੱਖਿਆ ਸੇਵਾਵਾਂ ਮੁਤਾਬਕ ਸਾਲ 2017 'ਚ ਇਸ ਦੌਰਾਨ 6406 ਲੋਕਾਂ ਦੀ ਹਿੰਸਕ ਘਟਨਾ 'ਚ ਹੱਤਿਆ ਕੀਤੀ ਗਈ ਹੈ। ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰੋ ਬੋਰਗੋ ਸਨ ਯਾਕੋਮੋ ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਸਾਜਣਾ ਦਿਵਸ ਅਤੇ ਵਿਸਾਖੀ ਦੇ ਮਹਾਨ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ, ਜਿਸ ਦੌਰਾਨ 20 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਮ ਦੇ ਦੀਵਾਨ ਸਜਾਏ ਗਏ ਅਤੇ 21 ਅਪ੍ਰੈਲ ਦਿਨ ਸ਼ਨੀਵਾਰ ਨੂੰ ਸ਼੍ਰੋਮਣੀ ਭਗਤ ਧੰਨਾ ਜੱਟ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੀਵਾਨ ਸਜਾਏ ਗਏ। ਕ੍ਰਿਕਟ ਦਾ ਮਹਾਕੁੰਭ IPL ਸ਼ੁਰੂ ਹੋਣ ਤੋਂ ਪਹਿਲਾਂ ਦੁਨੀਆ ਦਾ ਇਹ ਬੱਲੇਬਾਜ਼ ਭਾਵੁਕ ਹੋ ਗਿਆ। ਉਹਨਾਂ ਨੇ ਆਪਣੇ ਮਨ ਦੀ ਟੀਸ ਵੀ ਬਿਆਨ ਕੀਤੀ। ਰਾਇਲ ਚੈਲੇਂਜਰ ਬੈਂਗਲੁਰੂ ਦੇ IPL ਦੇ ਇਸ ਸੀਜ਼ਨ 'ਚ ਦੁਬਾਰਾ ਤੋਂ ਰਿਟੇਨ ਨਾ ਕਰਨ ਤੋਂ ਦਿਲ ਬਹੁਤ ਦੁਖਿਆ, ਪਰ ਕਿੰਗਜ਼ 11 ਪੰਜਾਬ ਨੇ ਆਖਰੀ ਸਮੇਂ 'ਚ ਮੈਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ, ਜਿਸ ਨਾਲ ਮੈਂ ਬਹੁਤ ਖੁਸ਼ ਹਾਂ। ਇਹ ਕਹਿਣਾ ਹੈ ਵੈਸਟ ਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਦਾ। ਉਹ IS ਬਿੰਦਰਾ ਸਟੇਡੀਅਮ ਮੋਹਾਲੀ 'ਚ ਕਿੰਗਜ਼ 11 ਪੰਜਾਬ ਵੱਲੋਂ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ 'ਚ ਬੋਲੇ ਸੀ। ਗੱਲ ਕਰਦੇ ਹੋਏ ਕ੍ਰਿਸ ਗੇਲ ਭਾਵੁਕ ਹੋ ਗਏ। ਕ੍ਰਿਸ ਗੇਲ ਨੇ ਕਿਹਾ ਕਿ IPL ਦੇ ਆਕਸ਼ਨ 'ਚ ਆਖਰੀ ਰਾਊਂਡ 'ਚ ਕਿੰਗਜ਼ 11 ਪੰਜਾਬ ਨੇ ਮੇਰੇ 'ਤੇ ਵਿਸ਼ਵਾਸ ਦਿਖਾਇਆ, ਜਿਸ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਇਸ ਟੀਮ 'ਚ ਬਹੁਤ ਚੰਗੇ ਖਿਡਾਰੀ ਨੇ ਜੋ ਬਿਹਤਰ ਕਰ ਸਕਦੇ ਨੇ। ਉੱਥੇ ਉਹਨਾਂ ਨੇ ਟੀਮ 'ਚ ਓਪਨਿੰਗ ਦੇ ਸਵਾਲ 'ਤੇ ਕਿਹਾ ਹੈ ਕਿ ਟੀਮ ਨੂੰ ਜਿੱਥੇ ਉਹਨਾਂ ਦੀ ਜ਼ਰੂਰਤ ਹੋਵੇਗੀ ਉਹ ਉੱਥੇ ਬੱਲੇਬਾਜ਼ੀ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਮੰਤਰੀ ਮੰਡਲ 'ਚ ਵਿਸਥਾਰ ਦਾ ਕੰਮ ਪੂਰਾ ਹੋਣ ਤੋਂ ਬਾਅਦ ਐਤਵਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਨਿਯੁਕਤੀਆਂ ਵੀ ਛੇਤੀਆਂ ਕਰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜਿਹੜੇ ਵਿਧਾਇਕ ਮੰਤਰੀ ਬਣ ਤੋਂ ਵਾਂਝੇ ਰਹਿ ਗਏ ਨੇ ਉਹਨਾਂ ਨੂੰ ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਐਡਜਸਟ ਕੀਤਾ ਜਾਵੇਗਾ। ਸਰਕਾਰ 'ਚ ਲਗਭਗ 7000 ਅਹੁਦੇ ਅਜਿਹੇ ਨੇ ਜਿਨ੍ਹਾਂ 'ਤੇ ਵਿਧਾਇਕਾਂ, ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਨੂੰ ਐਡਜਸਟ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਧਾਇਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਉਹਨਾਂ ਦੀ ਸੀਨੀਅਰਤਾ ਨੂੰ ਧਿਆਨ 'ਚ ਰੱਖ ਕੇ ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਸਰਕਾਰ ਨਿਯੁਕਤੀਆਂ ਕਰੇਗੀ। ਜ਼ਿਲ੍ਹਾ ਯੋਜਨਾ ਬੋਰਡ ਤੋਂ ਲੈ ਕੇ ਮਾਰਕੀਟ ਕਮੇਟੀਆਂ 'ਚ ਵੀ ਸਰਕਾਰ ਵੱਲੋਂ ਛੇਤੀ ਹੀ ਨਿਯੁਕਤੀਆਂ ਕਰਕੇ ਨੇਤਾਵਾਂ ਅਤੇ ਵਰਕਰਾਂ ਨੂੰ ਐਡਜਸਟ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ 7000 ਅਹੁਦਿਆਂ ਨੂੰ ਭਰਨ ਦੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਕਰੇਗੀ।